ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪਾਂ ਪਹੁੰਚੇ ਹਾਂ ਸਹਿਔਰ ਵਿਖੇ, ਜੋ ਭੋਪਾਲ ਤੋਂ 40 ਕਿਲੋਮੀਟਰ ਪੈਂਦਾ। ਅੱਜ ਇੱਥੋਂ ਨਗਰ ਕੀਰਤਨ ਆਰੰਭ ਹੋਣਾ ਹੈ ਜੀ। ਨਗਰ ਕੀਰਤਨ ਦੀ ਤਿਆਰੀ ਹੋ ਚੁੱਕੀ ਹੈ, ਗੁਰੂ ਮਹਾਰਾਜ ਜੀ ਵਿਰਾਜਮਾਨ ਹੋ ਚੁੱਕੇ ਆ ਪਾਲਕੀ ਦੇ ਵਿੱਚ, ਅਤੇ ਹੁਣ ਇੱਥੋਂ ਚਾਲਾ ਪੈਣਾ ਜੀ। ਅਤੇ ਗੱਤਕੇ ਦੀ ਹਾਜ਼ਰੀ ਨਿਰੰਤਰ ਇੱਥੋਂ ਚੱਲਦੀ ਰਹਿਣੀ। ਆਪ ਜੀ ਇਸੇ ਤਰ੍ਹਾਂ ਜੁੜੇ ਰਹੋ ਪੰਜ ਪਿਆਰਿਆਂ ਦੀ ਅਗਵਾਈ ਹੇਠ, ਅਤੇ ਗੁਰੂ ਮਹਾਰਾਜ ਜੀ ਛਤਰਸ਼ਾਹ ਹੇਠ ਇਹ ਮਹਾਨ ਨਗਰ ਕੀਰਤਨ ਸਹਿਔਰ ਵਿਖੇ ਆਰੰਭ ਹੋਣ ਜਾ ਰਿਹਾ ਜੀ। ਅਤੇ ਇੰਟਰਨੈਸ਼ਨਲ ਨਿਵੈਰ ਖਾਲਸਾ ਗੱਤਕਾ ਗਰੁੱਪ ਵੱਲੋਂ ਆਪ ਜੀ ਨੂੰ ਗੱਤਕੇ ਦਿਨਾਂ ਨਿਹਾਲ ਕੀਤਾ ਜਾਏਗਾ ਜੀ। ਸਾਰੀ ਸੰਗਤ ਨੇ ਪਿਆਰ ਦੇਣਾ ਜੀ, ਇਸੇ ਤਰ੍ਹਾਂ ਜੁੜੇ ਰਹਿਣਾ। ਬਹੁਤ ਬਹੁਤ ਧੰਨਵਾਦ। ਨਗਰ ਦੀ ਪਰਿਕਰਮਾ ਕਰਕੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜੋ ਮਹਾਨਕ ਕੀਰਤਨ ਆਰੰਭ ਹੋਇਆ ਸੀਗਾ, ਹੁਣ ਸਮਾਪਤੀ ਹੈ, ਗੁਰੂ ਘਰ ਵਿੱਚ ਪਹੁੰਚ ਗਏ ਹਾਂ ਜੀ। ਸੋ ਆਪ ਜੀ ਨੇ ਵੀਡੀਓ ਕਿਹੋ ਜਿਹੀ ਲੱਗੀ ਆਪ ਜੀ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।